ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ। ਸੋ ਅੱਜ ਗੋਆ ਦੇ ਵਿੱਚ ਹੈ ਜੀ ਸਾਡਾ ਦੂਜਾ ਦਿਨ। ਦੁਪਹਿਰ ਦੇ ਵੱਜ ਗਏ ਨੇ ਜੀ 1, ਅਸੀਂ ਅੱਜ ਸੁੱਤੇ ਰਹੇ ਜੀ ਕਿਉਂਕਿ ਇੰਨੇ ਦਿਨਾਂ ਦੀ ਨੋਨ ਸਟੋਪ ਟਰੈਵਲਿੰਗ ਕਰਕੇ ਜੀ ਅੱਜ ਬਹੁਤ ਥੱਕ ਹੋਇਆ ਸੀ। ਸੋ ਵੈਦਰ ਅੱਜ ਥੋੜ੍ਹਾ ਹੌਟ ਸੀ, ਬਹੁਤ ਜ਼ਿਆਦਾ ਹੁਮਸ ਜੀ ਹੈ ਬਣੀ ਹੋਈ ਆ, ਗਰਮੀ ਪਸੀਨਾ ਬਹੁਤ ਆ ਰਿਹਾ ਆ। ਸੋ ਅਸੀਂ ਅੱਜ ਬ੍ਰੈਕਫਾਸਟ ਕਰਨ ਤੋਂ ਬਾਅਦ, ਬ੍ਰੈਕਫਾਸਟ ਦੇ ਟਾਈਮ ਵੀ ਮਤਲਬ ਕਹਿ ਲਓ ਕਿ ਜਿੱਦਾਂ ਇੱਕ ਪੂਰਾ ਪਿੰਡ ਹੀ ਰੋਟੀ ਖਾਣ ਆਇਆ ਹੁੰਦਾ ਨਾ, ਉਹ ਹਿਸਾਬ ਸੀ ਕਿਉਂਕਿ ਹੋਟਲ ਦੇ ਵਿੱਚ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 300-400 ਰੂਮ ਨੇ ਔਰ ਹੋਟਲ ਪੂਰਾ ਫੁੱਲ ਹੈ ਜੀ। ਔਰ ਉੱਥੇ ਬ੍ਰੈਕਫਾਸਟ ਦੇ ਵਿੱਚ ਤੁਸੀਂ ਇੱਦਾਂ ਦੇਖੋ ਕਿ ਮਤਲਬ ਇੱਦਾਂ ਸੀ ਕਿ ਜਿੱਦਾਂ ਇੱਕ ਇੱਕ ਪੌੜੀ ਲਈ ਲੜਨ ਵਾਲਾ ਹਿਸਾਬ ਹੋਇਆ ਪਿਆ ਸੀ, ਜਿੰਨਾ ਵੱਡਾ ਹੋਟਲ ਸੀ ਉਨਾ ਹੀ ਇਹ ਭਰਿਆ ਹੋਇਆ ਸੀ। ਸੋ ਅਸੀਂ ਬ੍ਰੈਕਫਾਸਟ ਕਰਨ ਤੋਂ ਬਾਅਦ ਜਾ ਕੇ ਸੋ ਗਏ, ਹੁਣ ਅਸੀਂ ਫਰੈਸ਼ ਫਰੁਸ਼ ਹੋ ਕੇ ਉੱਠ ਕੇ ਜੀ ਨਿਕਲੇ ਹਾਂ ਤਾਂ ਕਿ ਅੱਜ ਥੋੜ੍ਹਾ ਬਹੁਤਾ ਕੁਝ ਦੇਖ ਲਈਏ। ਸੋ ਅੱਜ ਅਸੀਂ ਜਾ ਰਹੇ ਹਾਂ ਜੀ, ਦਿਲ ਚਾਹਤਾ ਹੈ ਮੂਵੀ ਦੇ ਵਿੱਚ ਇੱਕ ਫੋਰਟ ਦਾ ਸੀਨ ਸੀ ਜੀ, ਅਸੀਂ ਅੱਜ ਉਹ ਫੋਰਟ 'ਤੇ ਜਾ ਰਹੇ ਹਾਂ ਜੀ। ਉਹਦਾ ਰੀਅਲ ਨੇਮ ਤਾਂ ਪਤਾ ਨਹੀਂ, ਸ਼ਾਇਦ ਮੈਂ ਪ੍ਰਨਾਊਂਸ ਸਹੀ ਕਰਾਂ, ਚਪੋਰਾ ਫੋਰਟ ਹੈ ਸ਼ਾਇਦ, ਬਟ ਹੁਣ ਮੈਂ ਸ਼ੋਰ ਨਹੀਂ ਹੈਗਾ। ਸੋ ਅੱਜ ਅਸੀਂ ਉੱਥੇ ਜਾ ਰਹੇ ਹਾਂ, ਪਹਿਲਾਂ ਉੱਥੇ ਜਾ ਕੇ ਐਕਸਪਲੋਰ ਕਰਾਂਗੇ ਉਹਨੂੰ, ਉਸ ਤੋਂ ਬਾਅਦ ਇੱਕ ਅਗੋੜਾ ਫੋਰਟ ਆ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ, ਬਾਕੀ ਟਾਈਮ ਦੇ ਅਕੋਰਡਿੰਗ ਹੋਊਗਾ ਕਿਉਂਕਿ 6:30-7 ਵਜੇ ਤੱਕ ਹਨੇਰਾ ਵੀ ਹੋ ਜਾਂਦਾ ਜੀ ਚੰਗੀ ਤਰ੍ਹਾਂ। ਸੋ ਹੁਣ ਟਰਾਈ ਕਰਦੇ ਹਾਂ, ਦੇਖਦੇ ਹਾਂ ਅੱਜ ਕੀ ਐਕਸਪਲੋਰ ਹੁੰਦਾ ਜੀ ਸਾਡੇ ਕੋਲ। ਪਾਰਕਿੰਗ ਕੁਛ ਵੀ ਨਹੀਂ ਨਹੀਂ
ਆਇਆ ਜੀ ਚਪੋਰਾ ਫੋਰਟ, ਜੋ ਕਿਸੇ ਟਾਈਮ ਬਹੁਤ ਵਧੀਆ ਹਾਲਤ ਵਿੱਚ ਹੁੰਦਾ ਸੀ, ਬਟ ਹੁਣ ਤਾਂ ਸਿਰਫ ਇੱਕ ਇੱਦਾਂ ਕਹਿ ਲਓ ਕਿ ਇਹਦੀ ਬੰਦੇ ਦਾ ਆਪਾਂ ਕਹਿ ਦਿੰਦੇ ਕੰਕਾਲ ਇੱਦਾਂ ਸਿਰ ਇਹਦਾ ਪਿਆ ਹੋਇਆ ਜੀ, ਅਵਸ਼ੇਸ਼ ਹੀ ਪਏ ਹੋਏ ਆ ਇਹਦੇ, ਕੁਛ ਡਿੱਗੀ ਹੋਈ ਇਮਾਰਤ ਹੈ। ਪੁਰਤਗੀਜ਼ ਦੇ ਟਾਈਮ 'ਤੇ ਹੁੰਦਾ ਸੀ ਜੀ ਇਹ ਵਧੀਆ, ਜਿੰਨੀ ਹਾਈਟ 'ਤੇ ਹੈਗਾ ਹੈ ਜੀ ਇਹ ਹੈ ਕਿ ਹਵਾ ਬਹੁਤ ਸੋਹਣੀ ਆ ਰਹੀ ਆ, ਕਾਫੀ ਜ਼ਿਆਦਾ ਟੂਰਿਸਟ ਆਏ ਹੋਏ ਨੇ, ਆਨੰਦ ਮਾਣ ਰਹੇ ਨੇ। ਲਓ ਜੀ ਸਮੁੰਦਰ ਕਾਫੀ ਜ਼ਿਆਦਾ ਅਸ਼ਾਂਤ ਹੈ ਜੀ, ਵੇਵਸ ਬਹੁਤ ਵੱਡੀਆਂ ਵੱਡੀਆਂ ਆ ਰਹੀਆਂ ਨੇ। ਨਾਲ ਦਾ ਪਰਬਤ ਬਹੁਤ ਹੀ ਸੋਹਣਾ ਜੀ, ਗਰਾਸ ਲੱਗੀ ਹੋਈ ਨਿੱਕੀ ਨਿੱਕੀ, ਬਹੁਤ ਸੋਹਣਾ। ਇੱਥੇ ਅਸੀਂ ਡਰੋਨ ਉਡਾਉਣ ਬਾਰੇ ਸੋਚਦੇ ਸੀ, ਬਟ ਡਰੋਨ ਉਡਾਉਣਾ ਪੋਸੀਬਲ ਨਹੀਂ ਹੈ ਕਿਉਂਕਿ ਹਵਾ ਬਹੁਤ ਹੀ ਤੇਜ਼ ਚੱਲਦੀ ਪਈ ਹੈ, ਸੋ ਡਰੋਨ ਨੂੰ ਉਡਾਉਣਾ ਪੋਸੀਬਲ ਨਹੀਂ ਹੈਗਾ, ਬਟ ਦ੍ਰਿਸ਼ ਬਹੁਤ ਮਨਮੋਹਕ, ਬਹੁਤ ਹੀ ਸੋਹਣਾ ਦ੍ਰਿਸ਼। ਚੱਲੀ ਜੀ ਕਿੱਦਾਂ ਹੈ?